ਔਰ ਜਿਹੜੀ ਗੱਲ ਤੁਸੀਂ ਹਾਰਨ ਵਾਲੀ ਕੀਤੀ ਹੈ, ਮੈਂ ਸਰਕਾਰਾਂ ਤੋਂ ਨਹੀਂ ਆ ਰਿਹਾ, ਮੈਂ ਇੱਕ ਲਹਿਰ ਤੋਂ ਆ ਰਿਹਾ। ਔਰ ਜੇ ਉਸ ਲਹਿਰ ਦੇ ਅੱਗੇ ਪੰਜਾਬ ਦਾ ਮੁੱਖ ਮੰਤਰੀ ਵੀ ਇਲੈਕਸ਼ਨ ਲੜਦਾ ਤੇ ਉਹ ਵੀ ਇਲੈਕਸ਼ਨ ਹਾਰ ਜਾਂਦਾ। ਔਰ ਇਸ ਕਰਕੇ ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ, ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਕੋਈ ਲਹਿਰ ਆਈ ਆ ਉਹਨੂੰ ਪਹਿਲ ਦਿੱਤੀ। ਔਰ ਸ਼੍ਰੀ ਖਡੂਰ ਸਾਹਿਬ ਹਲਕਾ ਇੱਕ ਇਹੋ ਜਿਹਾ ਹਲਕਾ ਜਿਹਨੂੰ ਅਸੀਂ ਪੰਥਕ ਹਲਕਾ ਕਹਿੰਦੇ ਹਾਂ, ਜਿੱਥੇ ਸਭ ਤੋਂ ਵੱਧ ਜਿਹੜੇ ਆ ਉਹ ਪੰਥਕ ਸੋਚ ਵਾਲੇ ਲੋਕ ਆ। ਔਰ ਉਹਨਾਂ ਲੋਕਾਂ ਨੇ ਜੋ ਫੈਸਲਾ ਕੀਤਾ ਬਹੁਤ ਵਧੀਆ ਕੀਤਾ, ਮੈਂ ਉਹਦੀ ਸ਼ਲਾਘਾ ਵੀ ਕਰਦਾ, ਕਿਉਂਕਿ ਅੱਜ ਵੀ ਜਦੋਂ ਵੋਟਾਂ ਪੈਣ ਤੋਂ ਬਾਅਦ ਜਦੋਂ ਮੇਰੇ ਕੋਲ ਲੋਕ ਆਉਂਦੇ ਨੇ ਮੈਨੂੰ ਆਣ ਕੇ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਹਾਂ, ਤੇ ਮੈਂ ਕਿਹਾ ਯਾਰ ਉਦੋਂ ਕੀ ਸੀ? ਕਹਿੰਦੇ ਯਾਰ ਉਦੋਂ ਸਾਨੂੰ ਇੱਕ ਤਰਸੀ ਕਿ ਸਾਡੀ ਇੱਕ ਮਾਂ ਜਿਹੜੀ ਆ ਨਹੀਂ, ਵੋਟ ਪਾਉਣ ਤੋਂ ਬਾਅਦ ਜਿਵੇਂ ਅੰਮ੍ਰਿਤਪਾਲ ਸਿੰਘ ਹੋਣਾ ਵੋਟਾਂ ਪੈ ਗਈਆਂ, ਉਸ ਤੋਂ ਬਾਅਦ ਵੋਟ ਪਾਉਣ ਤੋਂ ਬਾਅਦ ਲੋਕ ਆ ਰਹੇ ਨੇ ਮੇਰੇ। ਅੱਛਾ, ਉਹ ਕਹਿੰਦੇ ਕਿ ਸਾਡੀ ਮਾਂ ਜਿਹੜੀ ਭਾਈ ਅੰਮ੍ਰਿਤਪਾਲ ਜੀ ਦੀ ਜਿਹੜੀ ਮਾਂ ਸੀ ਉਹ ਸਾਡੀ ਵੀ ਮਾਂ, ਕਹਿੰਦੇ ਜਦੋਂ ਉਹ ਜਾ ਕੇ ਉਹ ਕਹਿੰਦੀ ਸੀ ਕਿ ਮੇਰੇ ਪੁੱਤ ਨੂੰ ਬਾਹਰ ਲਿਆਉਣ 'ਚ ਤੁਹਾਡਾ ਯੋਗਦਾਨ, ਤੇ ਕਹਿੰਦੇ ਅਸੀਂ ਆਖਿਆ ਕਿ ਕੋਈ ਗੱਲ ਨਹੀਂ ਇਸ ਵਾਰ ਅਸੀਂ ਇਸ ਮਾਂ ਦਾ ਸਾਥ ਦੇਵਾਂਗੇ। ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ, ਚਾਹੇ ਉਹ ਪੰਜਾਬ ਸਰਕਾਰ ਚਾਹੇ ਉਹ ਭਾਰਤ ਸਰਕਾਰ, ਕਿਉਂਕਿ ਅਜੇ ਪ੍ਰਧਾਨ ਮੰਤਰੀ ਜੀ ਨੇ ਤਾਂ 9 ਤਰੀਕ ਨੂੰ ਜਿਹੜੀ ਆ ਉਹ ਚਾਰਜ ਸੰਭਾਲਣਾ ਹੈ, ਸਹੁੰ ਚੱਕਣੀ। ਔਰ ਮੇਰੀ ਇੱਕ ਬੇਨਤੀ ਆ ਕਿ ਭਾਈ ਅੰਮ੍ਰਿਤਪਾਲ ਜੀ ਹੁਣ ਮੈਂਬਰ ਪਾਰਲੀਮੈਂਟ ਨੇ, ਮੈਂਬਰ ਪਾਰਲੀਮੈਂਟ ਨੇ, ਔਰ ਉਹ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਰਿਹਾਅ ਕਰਕੇ ਤਾਂ ਕਿ ਉਹ ਉੱਥ ਲੈ ਕੇ ਉਹ ਆਪਣੇ ਲੋਕਾਂ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਨੂੰ ਆਣ ਕੇ ਮਿਲ, ਕਿਉਂਕਿ ਬਹੁਤ ਸਾਰੇ ਵਾਅਦੇ ਜਿਹੜੇ ਨੇ ਮੈਂ ਕੀਤੇ ਆ ਲੋਕਾਂ ਦੇ ਨਾਲ, ਕਿਉਂਕਿ ਉਹ ਤਾਂ ਅੰਦਰ ਸੀ, ਉਹਨਾਂ ਦਾ ਤਾਂ ਇੱਕ ਏਜੰਡਾ ਸੀ ਮਾਤਾ ਜੀ ਦਾ ਤੇ ਪਿਤਾ ਜੀ ਦਾ ਕਿ ਸਾਡਾ ਬੇਟਾ ਬਾਹਰ ਆਉਣਾ ਚਾਹੀਦਾ ਹੈ ਤੇ ਤਾਂ ਹੀ ਜਿਹੜਾ ਪੰਥ ਬਚ ਸਕਦਾ। ਅੱਜ ਪੰਥ ਵਾਲਿਆਂ ਨੇ ਉਹ ਵਾਅਦਾ ਤਾਂ ਪੂਰਾ ਕਰਤਾ, ਪਰ ਹੁਣ ਸਰਕਾਰਾਂ ਦਾ ਕੰਮ ਹੈ, ਸਰਕਾਰ ਵਾਲਿਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨ। ਔਰ ਅੱਜ ਮੈਂ ਜਿਹੜਾ ਧੰਨਵਾਦੀ ਦੌਰਾ ਜਿਹੜਾ ਉਹ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਇੱਥੋਂ ਦੇ ਇੰਚਾਰਜ ਨੇ, ਲੀਡਰ ਨੇ, ਸਰਦਾਰ ਸੰਤੋਖ ਸਿੰਘ ਭਲਾਈਪੁਰ ਜੀ, ਅੱਜ ਉਹਨਾਂ ਦੇ ਗ੍ਰਹਿ ਵਿਖੇ ਧੰਨਵਾਦੀ ਦੌਰਾ ਰੱਖਿਆ ਸੀ, ਹੋਰ ਪਿੰਡਾਂ ਦੇ ਵਿੱਚ ਵੀ ਰੱਖੇ ਸੀ, ਗੋਇੰਦਵਾਲ ਸਾਹਿਬ ਤੋਂ ਪਹਿਲਾਂ ਨਤਮਸਤਕ ਹੋ ਕੇ ਆਇਆ। ਔਰ ਮੇਰੀ ਇੱਕ ਬੇਨਤੀ ਹੈ ਸਰਕਾਰ ਨੂੰ, ਕਿਉਂਕਿ ਭਾਈ ਅੰਮ੍ਰਿਤਪਾਲ ਜੀ ਦੇ ਆਉਣ ਦੇ ਨਾਲ ਸਾਡੇ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਜਿਹੜੇ ਅਧੂਰੇ ਕੰਮ ਆ ਉਹ ਪੂਰੇ ਹੋ ਸਕਦੇ, ਕਿਉਂਕਿ ਸਭ ਤੋਂ ਵੱਡਾ ਮੁੱਦਾ ਹੈ ਨਸ਼ੇ ਦਾ, ਕਿਉਂਕਿ ਨਸ਼ੇ ਦੇ ਮੁੱਦੇ ਤੇ ਮੈਂ ਕਿਹਾ ਸੀਗਾ ਕਿ ਜੇ ਮੈਂ ਮੈਂਬਰ ਪਾਰਲੀਮੈਂਟ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਨਸ਼ੇ ਦੇ ਮੁੱਦੇ ਤੇ ਜਾ ਕੇ ਗੱਲ ਕਰਾਂਗਾ। ਔਰ ਨਸ਼ੇ ਦਾ ਮੁੱਦਾ ਜਿਹੜਾ ਉਹ ਕਿੱਥੋਂ ਨਸ਼ਾ ਆਉਂਦਾ? ਬਾਰਡਰਾਂ ਤੋਂ ਆਉਂਦਾ, ਸਰਕਾਰਾਂ ਦੀ ਸ਼ਹਿ ਨਾਲ ਆਉਂਦਾ। ਔਰ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਖਾਲੜਾ ਬਾਰਡਰ ਖੜਾਵਾਂਗਾ ਤੇ ਨਸ਼ਾ ਬੰਦ ਕਰਾਵਾਂਗਾ ਤੇ ਵਪਾਰ ਚਲਾਵਾਂਗਾ। ਅੱਜ ਗੋਇੰਦਵਾਲ ਸਾਹਿਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹ ਇੰਡਸਟਰੀ ਦੇ ਵੱਧ ਤੋਂ ਵੱਧ ਇੰਡਸਟਰੀ ਲੈ ਕੇ ਆਈਏ, ਕਿਉਂਕਿ ਬਹੁਤ ਸਾਰੇ ਪਲੋਟ ਜਿਹੜੇ ਉਹ ਖਾਲੀ ਪਏ, ਤਾਂ ਕਿ ਇੱਥੇ ਇੰਡਸਟਰੀ ਆਵੇ, ਸਾਡੇ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਵੀ ਹੋ ਜਾਣ ਔਰ ਉਹਨਾਂ ਨੂੰ ਨੌਕਰੀਆਂ ਵੀ ਮਿਲਣੀਆਂ ਚਾਹੀਦੀਆਂ। ਔਰ ਉਹਦੇ ਨਾਲ ਨਾਲ ਜਿਹੜੀ ਇਹ ਧਰਤੀ ਆ, ਇਹ ਧਰਤੀ ਜਿਹੜੀ ਹੈ ਗੁਰੂਆਂ ਦੀ ਧਰਤੀ ਹੈ, ਚਰਨਛੋਹ ਧਰਤੀ ਹੈ। ਔਰ ਮੈਂ ਵਾਅਦਾ ਕੀਤਾ ਸੀ ਕਿ ਜੇ ਮੈਂ ਮੈਂਬਰ ਪਾਰਲੀਮੈਂਟ ਬਣਿਆ ਤਾਂ ਸ਼੍ਰੀ ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਹੈਰੀਟੇਜ ਦਾ ਜਿਹੜਾ ਉਹ ਦਰਜਾ ਦਵਾਵਾਂਗੇ। ਔਰ ਮੈਂ ਇਹ ਵੀ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ, ਕਿਉਂਕਿ ਜਿਹੜੇ ਦਰਿਆਵਾਂ ਤੇ ਜ਼ਮੀਨਾਂ ਨੇ, ਕੱਚੀਆਂ ਨੇ, ਉਹਨਾਂ ਨੂੰ ਵੀ ਪੱਕੀਆਂ ਕਰਾਉਣ ਦਾ ਜਿਹੜਾ ਕੰਮ ਆ ਉਹ ਮੈਂ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾ ਕੇ ਜਿਹੜਾ ਉਹ ਕਰਾਵਾਂਗਾ। ਔਰ ਬੰਦੀ ਸਿੰਘਾਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਅ ਕਰਾ ਕੇ ਉਹਨਾਂ ਦੇ ਪਰਿਵਾਰ ਨਾਲ ਮਿਲਾਵਾਂਗਾ। ਔਰ ਉਹਦੇ ਨਾਲ ਨਾਲ ਜਿਹੜਾ NSA ਅਰਗਾ ਕਾਲਾ ਕਾਨੂੰਨ ਆ, ਮੈਂ ਕਿਹਾ ਸੀ ਕਿਸੇ ਦੀ ਸਰਕਾਰ ਬਣ ਜੇ ਇੱਥੋਂ ਤੱਕ ਲੜਾਈ ਲੜਾਂਗਾ ਕਿ ਉਹ ਕਾਨੂੰਨ ਨੂੰ ਜਿਹੜਾ ਕਿ ਉਹ ਕਾਨੂੰਨ ਜਿਹੜਾ ਉਹਨੂੰ ਰੱਦ ਕਰਾਵਾਂਗਾ। ਔਰ ਜਿਹੜੇ ਚਾਹੇ ਭਾਈ ਅੰਮ੍ਰਿਤਪਾਲ ਜੀ ਸੀਗੇ ਚਾਹੇ ਉਹਨਾਂ ਦੇ ਸਾਥੀ ਸੀ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਲਿਆ ਕੇ ਮਿਲਾਉਣ ਦਾ ਕੰਮ, ਉਹਨਾਂ ਨੂੰ ਰਿਹਾਅ ਕਰਾਉਣ ਦਾ ਕੰਮ ਜਿਹੜਾ ਉਹ ਮੇਰੀ ਜ਼ਿੰਮੇਵਾਰੀ ਸੀ।
ਅੱਜ ਇਹ ਜ਼ਿੰਮੇਵਾਰੀਆਂ ਸਾਰੀਆਂ ਜਿਹੜੀਆਂ ਨੇ ਉਹ ਭਾਈ ਸਾਹਿਬ ਤੇ ਪੈ ਗਈਆਂ ਨੇ, ਕਿਉਂਕਿ ਮੈਂਬਰ ਪਾਰਲੀਮੈਂਟ ਉਹ ਨੇ। ਮੇਰੀ ਜਿੱਥੇ ਲੋੜ ਹੋਵੇਗੀ ਮੈਂ ਭਾਈ ਸਾਹਿਬ ਦੇ ਨਾਲ ਹਾਜ਼ਰ ਹਾਂ, ਉਹਨਾਂ ਦੀ ਟੀਮ ਦੇ ਨਾਲ ਹਾਜ਼ਰ ਹਾਂ। ਔਰ ਗੱਲ ਇਹ ਹੈ ਕਿ ਅੱਜ ਸਿਰਫ ਜਿਹੜੇ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਲੋਕ ਆ, ਅੱਜ ਉਹ ਦੇਖ ਰਿਹਾ ਸਰਕਾਰਾਂ ਦੇ ਮੂੰਹ ਵੱਲ, ਚਾਹੇ ਉਹ ਸਰਕਾਰ ਪੰਜਾਬ ਦੀ ਹੈ ਚਾਹੇ ਸਰਕਾਰ ਜਿਹੜੀ ਉਹ ਭਾਰਤ ਦੀ, ਕਿਉਂਕਿ ਜਲਦੀ ਤੋਂ ਜਲਦੀ ਰਿਹਾ ਕਰੋ। ਬਹੁਤ ਸਾਰੇ ਅਧੂਰੇ ਕੰਮ ਆ ਜਿਹੜੇ ਲੋਕਾਂ ਨੇ ਪਹਿਲਾਂ, ਕਈਆਂ ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ, ਕਈਆਂ ਦੇ ਨਜਾਇਜ਼ ਪਰਚੇ ਹੋਏ ਨੇ ਉਹ ਕੈਂਸਲ ਹੋਣ ਵਾਲੇ ਨੇ, ਕਿਉਂਕਿ ਬਹੁਤ ਸਾਰੇ ਕੰਮ ਆ ਜਿਹੜੇ ਮੈਂਬਰ ਪਾਰਲੀਮੈਂਟ ਦੇ ਕਰਨ ਵਾਲੇ ਹੁੰਦੇ ਨੇ। ਉਹਨਾਂ ਦੀ ਟੀਮ ਜਿਹੜੀ, ਉਹਨਾਂ ਦੀ ਟੀਮਾਂ ਵੱਲੋਂ ਵੀ ਅਮਰਤਪਾਲ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਦੀਆਂ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਨੇ ਉਹ ਕਹਿੰਦੇ ਕਿ ਅਸੀਂ ਕੰਮ ਕਰਾ ਰਹੇ ਹਾਂ ਉਨੀ ਦੇਰ ਤੱਕ, ਜਿਹੜੇ ਕੰਮ ਕਈ ਲੋਕ ਜਿਹਨਾਂ ਨੇ ਜਿਵੇਂ ਤਰਨ ਤਰਨ ਤੁਸੀਂ ਦੇਖਣਾ ਨੰਬਰ ਜਾਰੀ ਕਰਤੇ ਨੇ ਉਹਨਾਂ ਨੇ ਕਿ 2 ਨੰਬਰ ਅਸੀਂ ਜਾਰੀ ਕਰਤੇ ਕਿ ਸਾਡੇ ਨਾਲ ਕਨੈਕਟ ਕਰਨ, ਫਿਰ ਕਿਸ ਤਰੀਕੇ ਨਾਲ ਹੋਊਗਾ ਜੀ? ਗੱਲ ਇਹ ਆ ਕਿ ਹਮੇਸ਼ਾ ਜਿਹੜਾ ਪੈਨ ਭਾਈ ਸਾਹਿਬ ਦਾ ਚੱਲਣਾ ਉਹ ਭਾਈ ਸਾਹਿਬ ਦਾ ਹੀ ਚੱਲਣਾ। ਧੰਨਵਾਦ ਤਾਂ ਮੈਂ ਵੀ ਪਿੰਡਾਂ 'ਚ ਸ਼ੁਰੂ ਕਰਤਾ, ਪਰ ਕੁਲਬੀਰ ਸਿੰਘ ਜੀਰਾ ਦਾ ਪੈਨ ਉੱਥੇ ਨਹੀਂ ਚੱਲਦਾ ਗਾ। ਜਿਹੜੀ ਮੈਂ ਸ਼ਾਹੀ ਦੀ ਗੱਲ ਕਰਦਾ ਸੀ ਉਹ ਸ਼ਾਹੀ ਜਿਹੜੀ ਉਹ ਭਾਈ ਅੰਮ੍ਰਿਤਪਾਲ ਜੀ ਦੇ ਪੈਨ 'ਚ ਭਰੀ ਗਈ ਹੈ, ਚਾਹੇ ਤੁਸੀਂ 50 ਨੰਬਰ ਦੇ ਦਿਓ, ਉਹ ਨੰਬਰ 4 ਦਿਨ ਲਈ ਨੇ। ਔਰ ਮੈਂ ਪਰਿਵਾਰ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜਾ ਕੋਈ ਨੰਬਰ ਦੇਣਾ ਉਹ ਮਾਤਾ ਜੀ ਆਪ ਦਿਲੋਂ ਦੇਣ, ਉਹ ਪਿਤਾ ਜੀ ਆਪ ਦਿਲੋਂ ਦੇਣ ਅੰਮ੍ਰਿਤਪਾਲ ਜੀ ਦੇ, ਕਿਉਂਕਿ ਜਿਹੜਾ ਥੱਲੜੇ ਬੰਨੇ ਹੋਏ ਨੰਬਰ ਆ, ਮੁੜ ਕੇ ਕੱਲ੍ਹ ਨੂੰ ਐਲੀਗੇਸ਼ਨ ਲੱਗਣਗੇ ਕਿ ਯਾਰ ਫਲਾਣੇ ਬੰਦੇ ਕੋਲ ਗਏ ਸੀ, ਉਹਨੇ ਸਾਡੇ ਤੋਂ ਆਹ ਕੰਮ ਕਰਾਉਣ ਦੇ ਇੰਨੇ ਪੈਸੇ ਲੈ ਲਏ। ਇਹਦੇ ਵਿੱਚ ਇਹ ਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਦੀ ਵੀ ਬਦਨਾਮੀ ਹੁੰਦੀ ਹੈ, ਇਸ ਕਰਕੇ ਇੱਕ ਆਪਦਾ ਪ੍ਰੋਪਰ ਦਫ਼ਤਰ ਖੋਲ੍ਹਣ, ਜਿੰਨਾ ਚਿਰ ਉਹ ਨਹੀਂ ਆਉਂਦੇ ਉਹਨਾਂ ਚਿਰ ਉਹ ਜਿਹੜਾ ਕਿ ਉਹ ਮਾਤਾ ਪਿਤਾ ਜੀ ਨੂੰ ਜਿਹੜੀ ਉਹ ਜ਼ਿੰਮੇਵਾਰੀ ਜਿਹੜੀ ਉਹ ਸੰਭਾਲਣੀ ਪਊਗੀ। ਔਰ ਮੈਂ ਇਹ ਗੱਲ ਕਹਿੰਦਾ ਕਿ ਜਿਵੇਂ ਮੈਂ ਇਸ ਗੱਲ ਦੀ ਬੇਨਤੀ ਕਰਦਾ ਕਿ ਜਿੰਨੇ ਵੀ ਮੈਂਬਰ ਪਾਰਲੀਮੈਂਟ ਜਿੱਤ ਕੇ ਗਏ ਨੇ, ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ, ਉਹਨਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਤੁਸੀਂ ਵੀ ਉਹਨਾਂ ਦੀ ਰਿਹਾਈ ਦੀ ਜਿਹੜੀ ਗੱਲ ਕਰੋ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਜਲਦੀ ਤੋਂ ਜਲਦੀ ਇੱਥੇ ਆਉਣ, ਕਿਉਂਕਿ ਪੰਜਾਬ ਦੇ ਲੋਕ ਅਮਨ ਤੇ ਸ਼ਾਂਤੀ ਚਾਹੁੰਦੇ ਸੀ। ਪਰ ਮੈਂ ਭਾਈ ਸਾਹਿਬ ਇੱਕ ਬੇਨਤੀ ਕਰਨੀ ਚਾਹੁੰਦਾ, ਮੀਡੀਆ ਰਾਹੀਂ ਤੁਹਾਡੇ ਪਰਿਵਾਰ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਕਈ ਬੰਦਿਆਂ ਨੂੰ ਥ੍ਰੈਟ ਕਾਲਾਂ ਜਿਹੜੀਆਂ ਉਹ ਆ ਰਹੀਆਂ ਨੇ, ਔਰ ਇਹ ਉਹ ਕਿਉਂ ਆ ਰਹੀਆਂ ਨੇ ਕਿ ਤੁਸੀਂ ਜੀਰੇ ਦੀ ਮਦਦ ਕੀਤੀ। ਮੈਨੂੰ ਪਤਾ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਦੇ, ਜਿਹੜੇ ਲੋਕ ਇਹੋ ਜਿਹੇ ਸ਼ਰਾਰਤੀ ਨੇ, ਇਸੇ ਕਰਕੇ ਮੈਂ ਕਿਹਾ ਕਿ ਜਿਹੜੇ ਨੰਬਰ ਤੁਸੀਂ ਦਿੱਤੇ ਆ ਤੁਹਾਡੇ ਨੰਬਰਾਂ ਦੀ ਦੁਰਵਰਤੋਂ ਨਾ ਹੋਵੇ, ਇਸ ਕਰਕੇ ਉਹਨਾਂ ਨੰਬਰਾਂ ਦੀ ਬਜਾਏ ਤੁਸੀਂ ਆਪਦੇ ਪਰਸਨਲ ਨੰਬਰ ਦਿਓ ਜਿਹਨਾਂ 'ਤੇ ਲੋਕ ਕੰਮ ਧੰਦੇ ਕਰਾ ਸਕਣ। ਜਿਵੇਂ ਮੇਰੇ ਕੋਲ ਸਵੇਰੇ ਕੋਈ ਬੰਦੇ ਆਏ, ਉਹ ਕਹਿੰਦੇ ਜੀ ਸਾਡਾ ਪਾਸਪੋਰਟ ਦਾ ਕੰਮ, ਅਤੇ ਮੈਂ ਅੱਗੇ ਤਾਂ ਸਰਦਾਰ ਜਸਵੀਰ ਸਿੰਘ ਗਿੱਲ ਡਿੰਪਲ ਸਾਹਿਬ ਨੂੰ ਕਰ ਦਿੰਦਾ ਸੀ, ਮੈਂਬਰ ਪਾਰਲੀਮੈਂਟ ਸੀ, ਹੁਣ ਮੈਂਬਰ ਪਾਰਲੀਮੈਂਟ ਤੁਸੀਂ ਹੋ। ਹੁਣ ਮੈਂ ਇਹ ਸੋਚਾਂ 'ਚ ਪੈ ਗਿਆ ਕਿ ਮੈਂ ਫੋਨ ਕਿਹਨੂੰ ਕਰਾਂ, ਫਿਰ ਮੈਂ ਸਿੱਧਾ ਹੀ ਫੋਨ ਜਿਹੜਾ ਉਹ ਪਾਸਪੋਰਟ ਅਫਸਰ ਨੂੰ ਮੈਂ ਕੀਤਾ। ਗੱਲ ਕੀਤੀ ਫਿਰ ਉਹਨਾਂ? ਬਿਲਕੁਲ ਗੱਲ ਕੀਤੀ, ਕੰਮ ਵੀ ਹੋ ਗਿਆ। ਪਰ ਗੱਲ ਇਹ ਆ ਕਿ ਇੱਕ ਮੈਂਬਰ ਪਾਰਲੀਮੈਂਟ ਦਾ ਫੋਨ ਜਾਣਾ ਤਾਂ ਗੱਲ ਹੀ ਵੱਖਰੀ ਹੈ। ਅੱਜ ਲੋਕਾਂ ਦੀਆਂ ਚਿੱਠੀਆਂ ਨਾਲ ਲੱਗਦੀਆਂ ਨੇ, ਅੱਜ ਸਾਰਾ ਕੁਛ, ਅੱਜ ਲੋਕਾਂ ਦੇ ਕੰਮ ਜਿਹੜੇ ਆ, ਜੋ ਮੈਂਬਰ ਜਿਵੇਂ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਿੰਡਾਂ ਨੇ ਜਿੰਨੇ ਰੋਡ ਨੇ ਉਹਨਾਂ ਸਾਰਿਆਂ ਨੂੰ ਪ੍ਰਧਾਨ ਮੰਤਰੀ ਯੋਜਨਾ 'ਚ ਲੈ ਕੇ ਆਵਾਂਗਾ, 18 ਫੁੱਟੇ ਕਰਾਵਾਂਗਾ, ਠੀਕ ਹੈ। ਅੱਜ ਜੇ ਮੈਂ ਜਿੰਨੇ ਵਾਅਦੇ ਮੈਂ ਇਦੂ ਪਹਿਲਾਂ ਜਿੰਨੇ ਵੀ ਕਰ ਰਿਹਾ, ਇਹ ਸਾਰਾ ਕੰਮ ਮੈਂਬਰ ਪਾਰਲੀਮੈਂਟ ਦਾ। ਔਰ ਮੈਨੂੰ ਆਸ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਇਹ ਫੈਸਲਾ ਲਵੇਗੀ, ਉਹਨਾਂ ਨੂੰ ਰਿਹਾਅ ਕਰੇਗੀ, ਔਰ ਉਹ ਜਿਹੜੇ ਆ ਕਿ ਉਹ ਲੋਕਾਂ ਦੀਆਂ ਜਿਹੜੀਆਂ ਆਸਾਂ ਨੇ, ਆਸ਼ਾਵਾਂ ਨੇ, ਉਹਨਾਂ ਦੇ ਪੂਰੇ ਉਤਰਨਗੇ। ਔਰ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ, ਔਰ ਇਕੱਲੇ ਇਕੱਲੇ ਹਲਕੇ 'ਚ ਜਿਹੜਾ ਧੰਨਵਾਦ ਕਰਨ ਲਈ ਧੰਨਵਾਦੀ ਦੌਰੇ 'ਤੇ ਪਹੁੰਚਾਂਗਾ, ਕਿਉਂਕਿ ਅੱਜ ਉਹ ਪਰਿਵਾਰ ਚਾਹੇ ਮੈਨੂੰ 2 ਲੱਖ ਦੇ ਕਰੀਬ ਵੋਟ ਪਈ ਹੈ, ਅੱਜ ਉਹ ਪਰਿਵਾਰ ਜਿਹੜੇ ਨੇ ਉਹ ਅੱਜ ਜੀਰਾ ਪਰਿਵਾਰ ਦੇ ਜਿਹੜੇ ਆ ਉਹ ਇੱਕ ਮੈਂਬਰ ਨੇ, ਔਰ ਮੈਂ ਉਹਨਾਂ ਦਾ ਪੁੱਤਰ ਹਾਂ, ਭਤੀਜਾ ਵਾਂ, ਭਰਾ ਵਾਂ, ਔਰ ਉਹਨਾਂ ਦਾ ਪੁੱਤਰ ਬਣ ਕੇ ਜਿਹੜਾ ਉਹਨਾਂ ਦੀ ਸੇਵਾ ਕਰਾਂਗਾ। ਅੱਜ 17 ਲੱਖ ਵੋਟਰ ਜਿਹੜਾ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦਾ ਜਿਹੜਾ, ਅੱਜ ਉਹ 17 ਲੱਖ ਵੋਟਰ ਜਿਹੜਾ ਅੱਜ ਉਹਨਾਂ ਦੀ ਬਾਂਹ ਫੜਨ ਦੀ ਲੋੜ ਆ, ਕਿਉਂਕਿ ਜੇ ਉਹਨਾਂ ਨੇ ਸਾਨੂੰ 40 ਦਿਨਾਂ ਦੇ ਵਿੱਚ ਇੱਥੋਂ ਤੱਕ ਲਿਆਂਦਾ, ਤਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਜਿਹੜਾ ਕਿ ਉਹਨਾਂ ਨੂੰ ਜਿਹੜਾ ਕਿ ਦਿਨ ਰਾਤ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੋਵੇ, ਔਰ ਵਿਸ਼ਵਾਸ ਦਿਵਾਉਣਾ ਕਿ ਕੁਲਬੀਰ ਸਿੰਘ ਜੀ ਦਾ ਜਿਹੜਾ ਸ਼੍ਰੀ ਖਡੂਰ ਸਾਹਿਬ ਦੇ 9 ਹਲਕਿਆਂ ਦੇ ਵਿੱਚ ਕਿਸੇ ਵੀ
ਕੋਈ ਵੀ ਯਾਦ ਕਰੇਗਾ ਦੁੱਖ ਸੁੱਖ ਦੇ ਵਿੱਚ ਤੇ ਮੈਂ ਹਾਜ਼ਰ ਹੋਵਾਂਗਾ। ਬਿਲਕੁਲ, ਇੱਕ ਵੀਡੀਓ ਵਾਇਰਲ ਹੁੰਦੀ ਤੁਸੀਂ ਵੇਖੀ ਹੋਣੀ ਆ, ਕੁਲਵਿੰਦਰ ਕੌਰ ਜੋ ਕਿ ਏਅਰਪੋਰਟ ਦੇ ਤਣਾਅ ਸੀ ਔਰ ਬੀਜੇਪੀ ਦੀ ਸਾਂਸਦ ਜਿਹੜੀ ਹੈ ਕੰਗਣਾ ਰਣੌਤ ਔਰ ਇੱਕ ਥੱਪੜ ਵਾਲੀ ਗੱਲ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਹੈ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਤੇ ਉਹ ਵੀ ਆਪਣੇ ਹਲਕੇ ਦੇ? ਗੱਲ ਇਹ ਹੈ ਕਿ ਜਿਹੜਾ ਵਿਰਸਾ ਸਿੰਘ ਬਲਟੋਏ ਜੀ ਦੇ ਮੂੰਹ ਤੇ ਥੱਪੜ ਪਿਆ, ਉਹ ਵੋਟਾਂ ਵਾਲਾ ਥੱਪੜਾ ਕਿ ਜਮਾਨਤ ਜ਼ਬਤ ਹੋਈ ਹੈ ਤੇ ਇਹ ਰੀਅਲ ਚ ਪੈ ਗਿਆ। ਜਿਹੜਾ ਬਈ ਕਿਸਾਨਾਂ ਬਾਰੇ ਮਾੜਾ ਬੋਲੇਗਾ, ਜਿਹੜਾ ਸਿੱਖਾਂ ਬਾਰੇ, ਜਿਹੜਾ ਕਿਸੇ ਵੀ ਧਰਮ ਬਾਰੇ, ਹਿੰਦੂਆਂ ਬਾਰੇ, ਈਸਾਈ ਬਾਰੇ, ਮੁਸਲਿਮ ਬਾਰੇ ਜਿਹੜਾ ਮਾੜਾ ਬੋਲੇਗਾ, ਬਈ ਉਹਨੂੰ ਹਾਰਤਾ ਪੈਣੀ ਨਹੀਂ, ਉਹਨੂੰ ਥੱਪੜ ਹੀ ਪੈਣਗੇ। ਕੱਲ ਬੀਜੇਪੀ ਦੇ ਆਪਾਂ ਕਹਿ ਸਕਦੇ ਕਿ ਨਰਿੰਦਰ ਮੋਦੀ ਜਿਹੜੇ ਸੋਹ ਚੁੱਕਣ ਜਾ ਰਹੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਮੈਂ ਨਰਿੰਦਰ ਮੋਦੀ ਜੀ ਨੂੰ ਵਧਾਈ ਦਿੰਦਾ ਔਰ ਮੈਂ ਕਹਿੰਦਾ ਕਿ ਲੋਕਾਂ ਨੇ ਤੀਜੀ ਵਾਰ ਤੁਹਾਨੂੰ ਬਣਾਇਆ, ਅੱਗੇ ਜਿਹੜੀ ਕਿਸਾਨਾਂ ਨਾਲ ਕੀਤੀ ਉਹ ਨਾ ਕਰਿਓ। ਵੇਖੋ ਪਿੰਡਾਂ ਦੇ ਵਿੱਚ ਚਾਹੇ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ, ਫਿਰ ਵੀ ਇੱਕ ਚੀਜ਼ ਤੁਸੀਂ ਵੇਖੋ ਕਿ ਫਿਰ ਵੀ ਤੁਹਾਨੂੰ ਪਿੰਡਾਂ 'ਚੋਂ ਵੋਟਾਂ ਪਈਆਂ 30-30, 40-40। ਘੱਟੋ ਘੱਟ ਉਹਨਾਂ ਵੋਟਾਂ ਦੇ ਤਰਸ ਖਾਇਓ ਔਰ ਜਿਹੜੇ ਕਿਸਾਨ ਧਰਨਿਆਂ ਤੇ ਬੈਠੇ ਆ, ਸਭ ਤੋਂ ਪਹਿਲਾਂ ਉਹਨਾਂ ਨੂੰ ਉਠਾਉਣ ਦਾ ਕੰਮ ਕਰਿਓ, MSP ਲਾਗੂ ਕਰਿਓ। ਔਰ ਮੈਂ ਇਹ ਗੱਲ ਕਹਿੰਦਾ ਕਿ ਉਹਨਾਂ ਦੀ ਹਰੇਕ ਜਿਹੜੀ ਕਿਸਾਨ ਭਰਾਵਾਂ ਦੀ ਉਹ ਮੰਗ ਪੂਰੀ ਕਰਿਓ ਔਰ ਵਧਾਈ ਤਾਂ ਬਣਦੀ ਹੈ ਜੇ ਅਸੀਂ ਉਹਨਾਂ ਗੱਲਾਂ ਤੇ ਪੂਰੇ ਉੱਤਰ ਦੇ। ਬਿਲਕੁਲ, ਦੂਜੇ ਨੰਬਰ ਤੇ ਤੁਸੀਂ ਆਏ ਹੋ, ਆਪਾਂ ਹਲਕੇ ਚੋਂ ਗੱਲ ਕਰ ਲਈਏ, ਲੋਕ ਸਭਾ ਸੀਟ ਤੋਂ ਗੱਲ ਕਰ ਲਈਏ, ਦੂਜੇ ਨੰਬਰ ਤੇ ਤੁਸੀਂ ਕੁਲਵੀਰ ਸਿੰਘ ਜੀ ਰਹਿਣੀ ਰਹੇ ਨੇ ਤੇ ਬਾਕੀਆਂ ਦਾ ਨੰਬਰ ਕਿਸ ਤਰੀਕੇ ਜਿਵੇਂ ਸਟੇਜ ਤੋਂ ਅਨਾਉਂਸਮੈਂਟ ਕਰ ਰਹੇ ਸੀ? ਗੱਲ ਇਹ ਆ ਜੀ, ਜਿਹੜੇ ਬਾਕੀ ਆ ਉਹਨਾਂ ਦੇ ਤਾਂ ਤਰਸਯੋਗ ਹਾਲਾਤ ਨੇ। ਸਾਡੇ ਜੀਰੇ ਚੋਂ 70,000 ਦੇ ਕਰੀਬ ਜਿਹੜੀ ਆਮ ਆਦਮੀ ਪਾਰਟੀ ਨੂੰ 2022 ਚ ਵੋਟ ਪਈ ਸੀ, ਐਤੀ 26,000 ਪਈ, ਔਰ ਗਾਂਹ ਨੂੰ ਮੈਨੂੰ ਨਹੀਂ ਲੱਗਦਾ 6,000 ਵੀ ਪਵੇ। ਇਸ ਕਰਕੇ ਕਿਉਂਕਿ ਇਹਨਾਂ ਲੋਕਾਂ ਦੇ ਝੂਠੇ ਪਰਚੇ ਦਿੱਤੇ ਆ, ਇਹਨਾਂ ਲੋਕਾਂ ਦੇ ਨਾਲ ਇੰਨੇ ਜ਼ਿਆਦਾ ਤਸ਼ੱਦਦ ਕੀਤੇ ਆ, ਲੋਕਾਂ ਤੋਂ ਕੰਮ ਕਰਾਉਣ ਦੇ ਪੈਸੇ ਲਏ ਆ, ਔਰ ਇੰਨੇ ਮਾੜੇ ਹਾਲਾਤ ਆ, ਹਰੇਕ ਹਲਕੇ ਚਲੇ ਜਾਓ, ਜੀਰੇ ਚਲੇ ਜਾਓ, ਪੱਟੀ ਚਲੇ ਜਾਓ, ਕਿਤੇ ਚਲੇ ਜਾਓ, ਅੱਜ ਇੰਨੇ ਮਾੜੇ ਹਾਲਾਤ ਆ ਕਿ ਕਈ ਤਾਂ ਇਹੋ ਜਿਹੇ ਲੀਡਰ ਆ ਜਿਹੜੇ ਆਪਦੇ ਪਿੰਡਾਂ 'ਚੋਂ ਹਰ ਗਏ, ਜਿਹੜੇ ਆਪਦੇ ਵਾੜਾਂ 'ਚੋਂ ਹਰ ਗਏ। ਆ ਮੈਨੂੰ ਪਤਾ ਲੱਗਾ ਸ਼ਾਇਦ ਲਾਲਜੀਤ ਸਿੰਘ ਭੁੱਲਰ ਆਪਦੇ ਵਾਰਡ ਦੇ ਵਿੱਚੋਂ ਇਲੈਕਸ਼ਨ ਹਾਰ ਗਏ।